ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ। ਮੈਂ ਅੱਜ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਇੱਥੇ ਦੇਖੋ, ਇਹ ਮੇਰਾ ਪੇਕਾ ਪਿੰਡ ਹੈ, ਸਾਡਾ ਘਰ ਹੈ ਆਪਦਾ ਇਹ, ਤੇ ਇੱਥੇ ਮੇਰੇ ਮਾਂ ਪਿਓ ਰਹਿੰਦੇ ਆ, ਇੱਧਰ ਮੇਰੇ ਚਾਚਾ ਚਾਚੀ ਰਹਿੰਦੇ ਆ, ਤੇ ਰਾਤ ਲਟੇਰੇ ਆਏ ਆ, 12-1 ਵਜੇ ਦੇ ਕਰੀਬ ਦਾ ਟਾਈਮ ਸੀਗਾ, ਤੇ ਬਸ ਚਾਚੀ ਜੀ ਨੂੰ ਜਾਨ ਤੋਂ ਨਹੀਂ ਮਾਰਿਆ ਉਹਨਾਂ ਨੇ, 19 ਟਾਂਕੇ ਸਿਰ 'ਚ ਲੱਗੇ ਆ, ਦਾਖਲ ਪਏ ਆ, ਕਾਪਾ ਮਾਰਿਆ ਸਿਰ ਦੇ ਵਿੱਚ, ਦਿਖਾਇਆ ਵੀ ਕਿੱਦਾਂ ਸਾਰੇ ਖੂਨ ਨਿਕਲ ਗਿਆ ਉਹਨਾਂ ਦਾ। ਤੇ ਇੱਥੇ ਮੈਂ ਕਹਿਣਾ ਚਾਹੁੰਦੀ ਹਾਂ ਵੀ ਪੁਲਿਸ ਦਾ, ਪ੍ਰਸ਼ਾਸਨ ਦਾ ਕੀ ਰੋਲ ਹੈਗਾ ਵੀ ਹਾਲੇ ਤੱਕ 12 ਘੰਟੇ ਬੀਤ ਗਏ, ਰਾਤ 12:30-12 ਵਜੇ ਦੀ ਘਟਨਾ ਹੈ ਤੇ ਹੁਣ 1 ਵੱਜ ਗਿਆ। ਪੁਲਿਸ ਦੇ ਕੋਲ ਰਿਪੋਰਟ ਵੀ ਕਰਤੀ ਪਰ ਪੁਲਿਸ ਨੇ ਹਾਲੇ ਤੱਕ ਆ ਕੇ ਦੇਖਿਆ ਤੱਕ ਨਹੀਂ ਹੈਗਾ ਕਿ ਕੀ ਹੋਇਆ। ਇਹ ਪੰਜਾਬ ਦੇ ਵਿੱਚ ਹਰ ਗਲੀ ਮੁਹੱਲੇ ਸ਼ਹਿਰਾਂ ਦੇ ਵਿੱਚ ਐਦਾਂ ਦੀਆਂ ਘਟਨਾਵਾਂ ਘਟ ਰਹੀਆਂ। ਜੇਕਰ ਸਾਡੇ ਘਰਾਂ ਦੇ ਵਿੱਚ ਆਹ ਹਾਲਾਤ ਹੈ, ਮੇਰੇ ਪੇਕਿਆਂ ਦੇ ਘਰ ਦੇ ਵਿੱਚ ਆਹ ਹਾਲਾਤ ਆ, ਤਾਂ ਆਮ ਲੋਕ ਜਿਹੜੇ ਹੈਗੇ ਆ, ਕੀ ਹਾਲ ਹੋਊਗਾ ਉਹਨਾਂ ਦਾ, ਕਿ ਉਹਨਾਂ ਦੀ ਜ਼ਿੰਦਗੀ ਕਿਵੇਂ ਸਿਕਿਓਰ ਹੋ ਸਕਦੀ ਹੈ, ਕਿੱਦਾਂ ਉਹ ਆਪਦੇ ਆਪ ਨੂੰ ਸੇਫ ਮਹਿਸੂਸ ਕਰ ਸਕਦੇ ਆ। ਇਸ ਪੰਜਾਬ ਦੇ ਵਿੱਚ ਹਰ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ, ਗਲੀ ਮੁਹੱਲਿਆਂ ਦੇ ਵਿੱਚ ਬਜ਼ੁਰਗਾਂ ਨੂੰ ਮਾਰਿਆ ਜਾ ਰਿਹਾ, ਕਦੇ ਉਹਨਾਂ ਦੀਆਂ ਚੇਨੀਆਂ ਖਿੱਚ ਲੈਂਦੇ, ਤੇ ਅੱਜ ਤਾਂ ਲੁੱਟਣ ਦੇ ਇਰਾਦੇ ਨਾਲ ਬਸ ਉਹ ਹਲੇ ਪਏ ਆ ਬੈੱਡ ਤੇ, ਪਤਾ ਨਹੀਂ ਉਹਨਾਂ ਦਾ ਬਣਨਾ ਕੀ ਹੈਗਾ। ਤੇ ਹਰ ਰੋਜ਼ ਬਜ਼ੁਰਗਾਂ ਨੂੰ, 75 ਸਾਲ ਦੀ ਚਾਚੀ ਜੀ ਦੀ ਉਮਰ ਹੈ, ਉਹ ਚਾਚਾ ਜੀ ਦੀ ਉਮਰ ਇੰਨੀ ਹੈਗੀ ਹੈ, ਹਾਰਟ ਦੇ ਪੇਸ਼ੈਂਟ ਹੈ, ਦੋਵਾਂ ਦਾ ਹਾਰਟ ਦਾ ਇਲਾਜ ਹੋਇਆ ਵਾ, ਸਟੰਟ ਪਏ ਹੋਏ ਆ, ਇੰਨੀ ਬੁਰੀ ਤਰ੍ਹਾਂ ਮਾਰ ਕੇ ਗਏ ਆ। ਪਰ ਇੱਥੇ ਸਰਕਾਰ ਦੀ ਨਾਕਾਮੀ ਹੈ, ਪੁਲਿਸ ਦੀ ਨਾਕਾਮੀ ਹੈ, ਕਿ ਪੁਲਿਸ ਪ੍ਰਸ਼ਾਸਨ ਬਿਲਕੁਲ ਫੇਲ ਹੈਗਾ। ਪੰਜਾਬ ਦੇ ਵਿੱਚ ਇਸ ਵੇਲੇ ਅਨਾਰਕੀ ਫੈਲੀ ਹੋਈ ਹੈ, ਕੋਈ ਇਹ ਨਹੀਂ ਕਹਿ ਸਕਦੇ ਵੀ ਕੋਈ ਕਾਨੂੰਨ ਦਾ ਰਾਜ ਹੈ। ਸਰਕਾਰ ਜਿਹੜੀ ਹੈਗੀ ਹੈ, ਸਰਕਾਰ ਦਾ ਧਿਆਨ ਤਾਂ ਆਪ ਪੈਸੇ ਬਣਾਉਣ ਤੇ ਲੱਗਿਆ ਹੋਇਆ, ਕੋਈ ਰੇਤੇ ਚੋਂ ਪੈਸੇ ਬਣਾ ਰਿਹਾ ਹੈਗਾ, ਮਾਈਨਿੰਗ ਚੱਲ ਰਹੀ ਹੈ, ਕਿਤੇ ਨਸ਼ੇ ਵੇਚੇ ਜਾ ਰਹੇ ਹੈ। ਸੋ ਪੰਜਾਬ ਦੇ ਹਾਲਾਤ ਇਸ ਵੇਲੇ ਬਹੁਤ ਬੇਕਾਬੂ ਹੋ ਚੁੱਕੇ ਹੈ, ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਇਹਦੀ ਤੁਰੰਤ ਪੜਤਾਲ ਹੋਣੀ ਚਾਹੀਦੀ ਹੈ, ਤੇ ਇਹਦਾ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ। ਮੈਂ ਅੱਜ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਇੱਥੇ ਦੇਖੋ, ਇਹ ਮੇਰਾ ਪੇਕਾ ਪਿੰਡ ਹੈ, ਸਾਡਾ ਘਰ ਹੈ ਆਪਦਾ ਇਹ, ਤੇ ਇੱਥੇ ਮੇਰੇ ਮਾਂ ਪਿਓ ਰਹਿੰਦੇ ਆ, ਇੱਧਰ ਮੇਰੇ ਚਾਚਾ ਚਾਚੀ ਰਹਿੰਦੇ ਆ, ਤੇ ਰਾਤ ਲਟੇਰੇ ਆਏ ਆ, 12-1 ਵਜੇ ਦੇ ਕਰੀਬ ਦਾ ਟਾਈਮ ਸੀਗਾ, ਤੇ ਬਸ ਚਾਚੀ ਜੀ ਨੂੰ ਜਾਨ ਤੋਂ ਨਹੀਂ ਮਾਰਿਆ ਉਹਨਾਂ ਨੇ, 19 ਟਾਂਕੇ ਸਿਰ 'ਚ ਲੱਗੇ ਆ, ਦਾਖਲ ਪਏ ਆ, ਕਾਪਾ ਮਾਰਿਆ ਸਿਰ ਦੇ ਵਿੱਚ, ਦਿਖਾਇਆ ਵੀ ਕਿੱਦਾਂ ਸਾਰੇ ਖੂਨ ਨਿਕਲ ਗਿਆ ਉਹਨਾਂ ਦਾ। ਤੇ ਇੱਥੇ ਮੈਂ ਕਹਿਣਾ ਚਾਹੁੰਦੀ ਹਾਂ ਵੀ ਪੁਲਿਸ ਦਾ, ਪ੍ਰਸ਼ਾਸਨ ਦਾ ਕੀ ਰੋਲ ਹੈਗਾ ਵੀ ਹਾਲੇ ਤੱਕ 12 ਘੰਟੇ ਬੀਤ ਗਏ, ਰਾਤ 12:30-12 ਵਜੇ ਦੀ ਘਟਨਾ ਹੈ ਤੇ ਹੁਣ 1 ਵੱਜ ਗਿਆ। ਪੁਲਿਸ ਦੇ ਕੋਲ ਰਿਪੋਰਟ ਵੀ ਕਰਤੀ ਪਰ ਪੁਲਿਸ ਨੇ ਹਾਲੇ ਤੱਕ ਆ ਕੇ ਦੇਖਿਆ ਤੱਕ ਨਹੀਂ ਹੈਗਾ ਕਿ ਕੀ ਹੋਇਆ। ਇਹ ਪੰਜਾਬ ਦੇ ਵਿੱਚ ਹਰ ਗਲੀ ਮੁਹੱਲੇ ਸ਼ਹਿਰਾਂ ਦੇ ਵਿੱਚ ਐਦਾਂ ਦੀਆਂ ਘਟਨਾਵਾਂ ਘਟ ਰਹੀਆਂ। ਜੇਕਰ ਸਾਡੇ ਘਰਾਂ ਦੇ ਵਿੱਚ ਆਹ ਹਾਲਾਤ ਹੈ, ਮੇਰੇ ਪੇਕਿਆਂ ਦੇ ਘਰ ਦੇ ਵਿੱਚ ਆਹ ਹਾਲਾਤ ਆ, ਤਾਂ ਆਮ ਲੋਕ ਜਿਹੜੇ ਹੈਗੇ ਆ, ਕੀ ਹਾਲ ਹੋਊਗਾ ਉਹਨਾਂ ਦਾ, ਕਿ ਉਹਨਾਂ ਦੀ ਜ਼ਿੰਦਗੀ ਕਿਵੇਂ ਸਿਕਿਓਰ ਹੋ ਸਕਦੀ ਹੈ, ਕਿੱਦਾਂ ਉਹ ਆਪਦੇ ਆਪ ਨੂੰ ਸੇਫ ਮਹਿਸੂਸ ਕਰ ਸਕਦੇ ਆ। ਇਸ ਪੰਜਾਬ ਦੇ ਵਿੱਚ ਹਰ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ, ਗਲੀ ਮੁਹੱਲਿਆਂ ਦੇ ਵਿੱਚ ਬਜ਼ੁਰਗਾਂ ਨੂੰ ਮਾਰਿਆ ਜਾ ਰਿਹਾ ਹੈ, ਕਦੇ ਉਹਨਾਂ ਦੀਆਂ ਚੇਨੀਆਂ ਖਿੱਚ ਲੈਂਦੇ, ਤੇ ਅੱਜ ਤਾਂ ਲੁੱਟਣ ਦੇ ਇਰਾਦੇ ਨਾਲ ਬਸ ਉਹ ਹਲੇ ਪਏ ਆ ਬੈੱਡ ਤੇ, ਪਤਾ ਨਹੀਂ ਉਹਨਾਂ ਦਾ ਬਣਨਾ ਕੀ ਹੈਗਾ। ਤੇ ਹਰ ਰੋਜ਼ ਬਜ਼ੁਰਗਾਂ ਨੂੰ, 75 ਸਾਲ ਦੀ ਚਾਚੀ ਜੀ ਦੀ ਉਮਰ ਹੈ, ਉਹ ਚਾਚਾ ਜੀ ਦੀ ਉਮਰ ਇੰਨੀ ਹੈਗੀ ਹੈ, ਹਾਰਟ ਦੇ ਪੇਸ਼ੈਂਟ ਹੈ, ਦੋਵਾਂ ਦਾ ਹਾਰਟ ਦਾ ਇਲਾਜ ਹੋਇਆ ਵਾ, ਸਟੰਟ ਪਏ ਹੋਏ ਆ, ਇੰਨੀ ਬੁਰੀ ਤਰ੍ਹਾਂ ਮਾਰ ਕੇ ਗਏ ਆ। ਪਰ ਇੱਥੇ ਸਰਕਾਰ ਦੀ ਨਾਕਾਮੀ ਹੈ, ਪੁਲਿਸ ਦੀ ਨਾਕਾਮੀ ਹੈ, ਕਿ ਪੁਲਿਸ ਪ੍ਰਸ਼ਾਸਨ ਬਿਲਕੁਲ ਫੇਲ ਹੈਗਾ। ਪੰਜਾਬ ਦੇ ਵਿੱਚ ਇਸ ਵੇਲੇ ਅਨਾਰਕੀ ਫੈਲੀ ਹੋਈ ਹੈ, ਕੋਈ ਇਹ ਨਹੀਂ ਕਹਿ ਸਕਦੇ ਵੀ ਕੋਈ ਕਾਨੂੰਨ ਦਾ ਰਾਜ ਹੈ। ਸਰਕਾਰ ਜਿਹੜੀ ਹੈਗੀ ਹੈ, ਸਰਕਾਰ ਦਾ ਧਿਆਨ ਤਾਂ ਆਪ ਪੈਸੇ ਬਣਾਉਣ ਤੇ ਲੱਗਿਆ ਹੋਇਆ, ਕੋਈ ਰੇਤੇ ਚੋਂ ਪੈਸੇ ਬਣਾ ਰਿਹਾ ਹੈਗਾ, ਮਾਈਨਿੰਗ ਚੱਲ ਰਹੀ ਹੈ, ਕਿਤੇ ਨਸ਼ੇ ਵੇਚੇ ਜਾ ਰਹੇ ਹੈ। ਸੋ ਪੰਜਾਬ ਦੇ ਹਾਲਾਤ ਇਸ ਵੇਲੇ ਬਹੁਤ ਬੇਕਾਬੂ ਹੋ ਚੁੱਕੇ ਹੈ, ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਇਹਦੀ ਤੁਰੰਤ ਪੜਤਾਲ ਹੋਣੀ ਚਾਹੀਦੀ ਹੈ, ਤੇ ਇਹਦਾ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ।